ਗੁਰਪੈਪ ਲਾਈਨਾ ਚੈਨਲ 'ਤੇ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਸਵਾਗਤ ਹੈ। ਸੋ ਅੱਜ ਆਪਾਂ ਟੌਪਿਕ ਲੈ ਕੇ ਹਾਜ਼ਰ ਹੋਏ ਹਾਂ ਜੀ, ਗੁਰੂ ਨਾਨਕ ਦੇਵ ਜੀ ਦੀ ਆਦਿ ਗ੍ਰੰਥ ਵਿੱਚ ਦਰਜ ਬਾਣੀ। ਸੋ ਅੱਜ ਆਪਾਂ ਗੁਰੂ ਨਾਨਕ ਦੇਵ ਜੀ ਦੀ ਆਦਿ ਗ੍ਰੰਥ ਵਿੱਚ ਦਰਜ ਬਾਣੀ ਦੇ ਬਾਰੇ 'ਚ ਵਿਚਾਰ ਆ ਜਿਹੜੇ ਤੁਹਾਡੇ ਨਾਲ ਸਾਂਝੇ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਪਜੀ ਸਾਹਿਬ ਜੀ। ਜਪਜੀ ਸਾਹਿਬ ਜੀ ਦੀਆਂ 38 ਪੌੜੀਆਂ ਅਤੇ 2 ਸਲੋਕ ਹਨ। 3 ਵਾਰਾਂ ਹਨ ਗੁਰੂ ਜੀ ਦੀਆਂ, ਆਸਾ ਦੀ ਵਾਰ, ਮਾਝ ਦੀ ਵਾਰ ਅਤੇ ਮਲਾਰ ਦੀ ਵਾਰ। ਆਸਾ ਦੀ ਵਾਰ ਦੇ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਆਸਾ ਦੀ ਵਾਰ ਵਿੱਚ 24 ਪੌੜੀਆਂ ਅਤੇ 69 ਸਲੋਕ ਹਨ। 24 ਪੌੜੀਆਂ ਅਤੇ 69 ਸਲੋਕ ਹਨ ਔਰ ਇਸ ਦੇ ਵਿੱਚੋਂ 44 ਸਲੋਕ ਪਹਿਲੇ ਗੁਰੂ ਜੀ ਦੇ ਅਤੇ 15 ਦੂਜੇ ਗੁਰੂ ਸਾਹਿਬਾਨ ਜੀ ਦੇ ਹਨ। ਤਾਂ ਮਾਝ ਦੀ ਵਾਰ ਆ ਜਿਹੜੀ ਉਸ ਦੇ 27 ਪੌੜੀਆਂ ਅਤੇ 58 ਸਲੋਕ ਹਨ। 46 ਸਲੋਕ ਪਹਿਲੇ ਗੁਰੂ ਜੀ ਦੇ ਹਨ ਅਤੇ 12 ਸਲੋਕ ਆ ਜਿਹੜੇ ਉਹ ਬਾਕੀ ਗੁਰੂ ਜੀ ਦੇ ਹਨ, ਬਾਕੀ ਗੁਰੂ ਸਾਹਿਬਾਨਾਂ ਜੀ ਦੇ ਹਨ। ਔਰ ਮਲਾਰ ਦੀ ਵਾਰ ਵਿੱਚ 27 ਪੌੜੀਆਂ ਅਤੇ 69 ਸਲੋਕ ਹੈ। ਦੇਖੋ ਇਸ ਚੀਜ਼ ਨੂੰ ਧਿਆਨ ਨਾਲ ਯਾਦ ਕਰਨਾ ਹੈ ਕਿ ਮਾਝ ਦੀ ਵਾਰ ਵਿੱਚ 27 ਪੌੜੀਆਂ ਅਤੇ 58 ਸਲੋਕ ਹਨ ਅਤੇ ਮਲਾਰ ਦੀ ਵਾਰ ਦੇ ਵਿੱਚ ਪੌੜੀਆਂ 27 ਹੈ ਪਰ ਸਲੋਕ ਆ ਜਿਹੜੇ ਇੱਥੇ 29 ਹੈ। 24 ਸਲੋਕ ਪਹਿਲੇ ਗੁਰੂ ਜੀ ਦੇ ਹਨ ਅਤੇ ਬਾਕੀ 5 ਸਲੋਕ ਆ ਜਿਹੜੇ ਉਹ ਦੂਸਰੇ ਗੁਰੂ ਸਾਹਿਬਾਨ ਜੀ ਦੇ ਹਨ। ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਸਿੱਧ ਗੋਸ਼ਟ। ਸਿੱਧ ਗੋਸ਼ਟ ਉਹਨਾਂ ਜੀ ਦੀ ਬਾਣੀ ਹੈ। ਤਾਂ ਸਿੱਧ ਗੋਸ਼ਟ ਦੇ ਵਿੱਚ 73 ਪਦ ਜੋ ਕਿ ਰਾਮਕਲੀ ਰਾਗ ਦੇ ਵਿੱਚ ਹਨ। ਦੱਖਣੀ ਓਂਕਾਰ ਦੇ ਵਿੱਚ 54 ਪਦ ਹਨ ਜੋ ਕਿ ਰਾਮਕਲੀ ਰਾਗ ਵਿੱਚ ਹਨ ਔਰ 12ਵਾਂ ਤੁਖਾਰੀ ਰਾਗ ਵਿੱਚ ਹੈ। ਜੋ 12ਵਾਂ ਲਿਖਿਆ ਗਿਆ ਗੁਰੂ ਜੀ ਦੁਆਰਾ ਉਹ ਤੁਖਾਰੀ ਰਾਗ ਵਿੱਚ ਹੈ। 17 ਪਦ ਹਨ ਇਸ ਦੇ, ਇਹ ਛੰਦ ਰੂਪ ਵਿੱਚ ਹੈ। ਜੇ ਆਪਾਂ ਪੱਟੀ ਬਾਣੀ ਦੀ ਗੱਲ ਕਰੀਏ ਤਾਂ ਰਾਗ ਆਸਾ ਵਿੱਚ ਹੈ। ਇਸ 'ਤੇ 35 ਪਦ ਹਨ। ਗੁਰਮੁਖੀ ਦੇ 35 ਅੱਖਰਾਂ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ ਇਹ ਬਾਣੀ। ਪੱਟੀ ਬਾਣੀ ਰਾਗ ਆਸਾ ਵਿੱਚ ਹੈ, 35 ਪਦ ਹਨ ਔਰ ਗੁਰਮੁਖੀ ਦੇ 35 ਅੱਖਰਾਂ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ। ਪਹਿਲਾ ਅੱਖਰ ਸੱਸਾ ਹੈ। ਬਹੁਤ ਹੀ ਮਹੱਤਵਪੂਰਨ ਕੁਐਸਚਨ ਬਣਦਾ ਇਸ ਦੇ ਵਿੱਚੋਂ ਕਿ ਜਿਹੜਾ ਪੱਟੀ ਬਾਣੀ ਹੈ ਗੁਰੂ ਨਾਨਕ ਦੇਵ ਜੀ ਦੀ ਉਸਦਾ ਪਹਿਲਾ ਅੱਖਰ ਕਿਹੜਾ ਹੈ? ਤਾਂ ਉਹ ਪਹਿਲਾ ਅੱਖਰ ਸੱਸਾ ਹੈ। ਸੱਸਾ ਅੱਖਰ ਤੋਂ ਸ਼ੁਰੂ ਹੁੰਦੀ ਹੈ ਔਰ ਰਾਗ ਆਸਾ ਵਿੱਚ ਅਤੇ 35 ਪਦ ਇਸ ਦੇ ਅਤੇ ਗੁਰਮੁਖੀ ਦੇ 35 ਅੱਖਰਾਂ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ। ਜਾਂ ਤੁਹਾਨੂੰ ਕੁਐਸਚਨ ਆ ਸਕਦਾ ਕਿ ਗੁਰਮੁਖੀ ਦੇ ਅੱਖਰਾਂ ਨੂੰ ਆਧਾਰ ਬਣਾ ਕੇ ਲਿਖੀ ਗਈ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿਹੜੀ ਹੈ? ਤਾਂ ਉਹ ਪੱਟੀ ਬਾਣੀ ਹੈ। ਅਲਾਉਣੀਆਂ ਇਹ ਵੜਹੰਸ ਰਾਗ ਵਿੱਚ ਹਨ। ਇੱਥੇ ਵੀ ਤੁਹਾਡਾ ਕੁਐਸਚਨ ਬਣਦਾ ਕਿ ਜਿਹੜੀ ਅਲਾਉਣੀ ਹੈ ਉਹ ਕਿਹੜੇ ਰਾਗ ਵਿੱਚ ਹਨ? ਵੜਹੰਸ ਰਾਗ ਵਿੱਚ ਹੈ। ਥਿੱਤੀ ਬਲਾਵਲ ਰਾਗ ਵਿੱਚ ਹੈ। ਕੁੱਲ ਬੰਦ ਇਸ 'ਤੇ 20 ਹਨ। ਸੂਰਜ ਅਤੇ ਚੰਦ ਦੀ ਚਾਲ ਨਾਲ ਸੰਬੰਧਿਤ ਹੈ। ਪਹਿਰੇ ਰਾਤ ਦੇ 4 ਪਹਿਰਾਂ ਨੂੰ ਮੁੱਖ ਰੱਖ ਕੇ 4 ਪੰਕਤੀਆਂ ਵਾਲੀ ਇਸ ਦੇ ਵਿੱਚ ਕੀ ਹੈ ਕਵਿਤਾ ਨੂੰ ਪਹਿਰੇ ਆਖਦੇ ਹਨ। ਤਾਂ ਗੁਰੂ ਜੀ ਨੇ ਸ਼੍ਰੀ ਰਾਗ ਵਿੱਚ 2 ਪਹਿਰੇ ਲਿਖੇ ਹਨ। ਸ਼੍ਰੀ ਰਾਗ ਦੇ ਵਿੱਚ ਕਿੰਨੇ ਪਹਿਰੇ ਲਿਖੇ ਹਨ?
ਦੋ ਪੈਰੇ ਲਿਖੇ ਹਨ। ਇਸ ਤੋਂ ਇਲਾਵਾ ਤਖਾਰੀ ਰਾਗ ਵਿੱਚ ਇੱਕ ਪੈਰਾ ਮਿਲਦਾ ਸੋਹਲੇ, ਜਿਹੜੇ ਸੋਹਲੇ ਆ 16 ਪੰਕਤੀਆਂ ਵਾਲੀ ਕਵਿਤਾ, ਨਾਮ ਤੋਂ ਹੀ ਕਲੀਅਰ ਹੁੰਦਾ ਸੋਹਲੇ 16 ਪੰਕਤੀਆਂ ਵਾਲੀ ਕਵਿਤਾ, ਤਾਂ ਗੁਰੂ ਜੀ ਨੇ 22 ਸੋਹਲੇ ਲਿਖੇ ਹਨ। ਕਿੰਨੇ ਸੋਹਲੇ ਲਿਖੇ ਹਨ? 22 ਸੋਹਲੇ ਲਿਖੇ ਹਨ। 12 ਮਾਰੂ ਰਾਗ ਵਿੱਚ ਹਨ ਔਰ 10 ਮਾਰੂ ਦੱਖਣੀ ਰਾਗ ਵਿੱਚ ਹਨ। ਤਾਂ ਕੁਝ ਹੋਰ ਬਾਣੀਆਂ ਹਨ ਉਹਨਾਂ ਦੀਆਂ, ਬਾਬਰ ਬਾਣੀ, ਸ਼ਬਦ ਅਤੇ ਸਲੋਕ, ਸੋਦਰ, ਕੀਰਤਨ ਸੋਹਲਾ, ਸ਼ੰਤ, ਅਰੇਖਤਾ, ਵਣਜਾਰੇ, ਕੁਚੱਜੀ, ਸੁਚੱਜੀ ਆਦਿ। ਤਾਂ ਨੋਟ ਕਰਿਓ, ਇਹ ਸਾਰੀ ਬਾਣੀ ਦੇ ਕੁੱਲ 2959 ਬੰਦ ਹਨ। ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕੁੱਲ ਕਿੰਨੇ ਬੰਦ ਹਨ? ਤਾਂ ਉਹਨਾਂ ਦੀ ਸਾਰੀ ਬਾਣੀ ਦੇ 2959 ਬੰਦ ਹਨ। ਤਾਂ ਗੁਰੂ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿੱਚੋਂ 19 ਰਾਗਾਂ ਵਿੱਚ ਬਾਣੀ ਰਚੀ ਸੀ। ਕਿੰਨੇ ਰਾਗਾਂ ਵਿੱਚੋਂ? 31 ਰਾਗ ਕੁੱਲ ਹਨ, ਤਾਂ 31 ਵਿੱਚੋਂ 19 ਰਾਗਾਂ ਦੇ ਵਿੱਚ ਉਹਨਾਂ ਨੇ ਬਾਣੀ ਆ ਜਿਹੜੀ ਉਹ ਰਚੀ ਹੈ। ਤਾਂ ਜਪਜੀ ਵਿਚਲੇ 5 ਖੰਡ, ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਸੱਚ ਖੰਡ, ਇਹ ਉਹਨਾਂ ਦੇ 5 ਖੰਡ ਹਨ। ਤਾਂ ਉਸ ਦੇ ਵਿੱਚ ਉਹਨਾਂ ਨੇ ਇੱਕ ਸਮੱਸਿਆ ਪੇਸ਼ ਕੀਤੀ ਹੈ ਔਰ ਨਾਲ ਹੀ ਉਹਨਾਂ ਨੇ ਇੱਕ ਸਮਾਧਾਨ ਦਿੱਤਾ, ਜਿਵੇਂ ਕਿਵ ਸਚਾਰਾ ਹੋਈ ਹੈ, ਕਿਵ ਕੂੜੇ ਤੁੱਟੇ ਪਾਲ, ਇਹ ਸਮੱਸਿਆ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਉਸਦਾ ਸਮਾਧਾਨ ਹੈ। ਤਾਂ ਜਪਜੀ ਵਿਚਲੇ 5 ਖੰਡਾਂ ਦਾ ਸੰਖੇਪ, ਜੇ ਆਪਾਂ ਸੰਖੇਪ ਦੇ ਵਿੱਚ ਉਹਨਾਂ ਦਾ ਵੇਰਵਾ ਦੇਈਏ ਜਾਂ ਉਹਨਾਂ ਦੇ ਵਿਚਾਰ ਕਰੀਏ, ਤਾਂ ਸਭ ਤੋਂ ਪਹਿਲਾਂ ਧਰਮ ਖੰਡ ਹੈ। ਧਰਮ ਖੰਡ ਦੇ ਕੋਸ਼ਗਤ ਅਰਥ ਜਿਹੜੇ ਹੁੰਦੇ ਹਨ ਉਹ ਹੁੰਦਾ ਨਿਯਮ, ਫਰਜ਼ ਜਾਂ ਕੰਮ। ਧਰਮ ਦੇ ਜਿਹੜੇ ਕੋਸ਼ਗਤ ਅਰਥ ਹਨ ਨਿਯਮ, ਫਰਜ਼ ਜਾਂ ਕੰਮ। ਤਾਂ ਇਸ ਖੰਡ ਦੇ ਰਾਹੀਂ ਗੁਰੂ ਸਾਹਿਬਾਨ ਨੇ ਇਹ ਸਮਝਾਉਣ ਦਾ ਯਤਨ ਕੀਤਾ ਕਿ ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਦੇ ਹੁਕਮ ਨਾਲ ਨਿਰੰਤਰ ਇੱਕ ਨਿਯਮ ਵਿੱਚ ਬੱਝੀ ਹੋਈ ਹੈ। ਕਹਿੰਦੇ ਜੇਕਰ ਮਨੁੱਖ ਇਸ ਹੁਕਮ ਨੂੰ ਪਛਾਣ ਕੇ ਆਪਣੇ ਜੀਵਨ ਨੂੰ ਅਨੁਸ਼ਾਸਿਤ ਕਰਨਾ ਸਿੱਖ ਲਵੇ ਤਾਂ ਉਸ ਨੂੰ ਪਰਮਾਤਮਾ ਦੀ ਮਿਹਰ ਵਾਲਾ ਫਲ ਮਿਲ ਸਕਦਾ ਹੈ। ਗਿਆਨ ਖੰਡ, ਗਿਆਨ ਸ਼ਬਦ ਦਾ ਅਰਥ ਹੈ ਜਾਣਨਾ। ਗਿਆਨ ਸ਼ਬਦ ਦਾ ਅਰਥ ਹੈ ਜਾਣਨਾ, ਬੋਧ, ਸਮਝ ਜਾਂ ਅੰਤਰ ਗਿਆਨ ਹੋਣਾ। ਕਹਿੰਦੇ ਜਦੋਂ ਜੇਕਰ ਜੀਵ ਪਰਮਾਤਮਾ ਦੇ ਹੁਕਮ ਵਿੱਚ ਚੱਲਣਾ ਸਿੱਖ ਜਾਂਦਾ ਹੈ ਤਾਂ ਉਸ ਨੂੰ ਇਹ ਗੱਲ ਦੀ ਸੋਝੀ ਹੋ ਜਾਂਦੀ ਹੈ ਕਿ ਪਰਮਾਤਮਾ ਬੇਅੰਤ ਤਾਂ ਹੈ ਪਰ ਉਸ ਦੀ ਰਚਨਾ ਵੀ ਬੇਅੰਤ ਹੈ। ਇਸ ਤਰ੍ਹਾਂ ਗਿਆਨ ਦੀ ਸੋਝੀ ਨਾਲ ਜੀਵ ਦੇ ਮਨ ਵਿੱਚ ਹੋਮੇ ਰੂਪੀ ਮੈਲ ਹੈ ਜਿਹੜੀ ਉਹ ਨਿਕਲ ਜਾਂਦੀ ਹੈ, ਸਿਆਣਪ ਆ ਜਾਂਦੀ ਹੈ। ਸਰਮਖੰਡ, ਪਹਿਲਾ ਹੋ ਗਿਆ ਧਰਮਖੰਡ, ਧਰਮਖੰਡ ਦੇ ਵਿੱਚ ਫਰਜ਼, ਕਰਤ, ਨਿਯਮ ਅਤੇ ਕੰਮ ਹੋ ਗਿਆ। ਗਿਆਨ ਖੰਡ ਦੇ ਵਿੱਚ ਉਹਦੇ ਬਾਰੇ 'ਚ ਗਿਆਨ ਹੋ ਗਿਆ, ਉਹਨੂੰ ਜਾਣ ਲਿਆ, ਉਹਨੂੰ ਸਮਝ ਲਿਆ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਸ਼ਰਮਖੰਡ। ਜਦੋਂ ਜੀਵ ਅੰਦਰ ਗਿਆਨ ਦੀ ਜੋਤ ਜਗਣੀ ਸ਼ੁਰੂ ਹੋ ਜਾਂਦੀ ਹੈ ਤਾਂ ਪ੍ਰਭੂ ਮਿਲਾਪ ਦੀ ਤਾਂਘ ਉਸਦੇ ਅੰਦਰ ਹੋਰ ਤੀਬਰ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਉਹ ਪ੍ਰਭੂ ਮਿਲਾਪ ਲਈ ਹੋਰ ਮਿਹਨਤ ਕਰਦਾ, ਭਾਵ ਆਪਣੇ ਆਪ ਨੂੰ ਪਛਾਣਨ ਦਾ ਯਤਨ ਕਰਦਾ। ਆਪਣੇ ਅੰਦਰ ਹੋਮੇ ਦੀ ਪਸਰੀ ਹੋਈ ਚਾਦਰ ਹੈ ਜਿਹੜੀ, ਉਹਨੂੰ ਪ੍ਰਭੂ ਭਗਤੀ ਦੇ ਨਾਲ ਉਹ ਦੂਰ ਕਰਨ ਦਾ ਯਤਨ ਕਰਦਾ। ਇਹ ਹੋ ਗਿਆ ਸਰਮਖੰਡ। ਤਾਂ ਉਸ ਤੋਂ ਬਾਅਦ ਹੋ ਗਿਆ ਆਪਣੇ ਕੋਲ ਕਰਮਖੰਡ। ਕਰਮਖੰਡ ਕੀ ਹੈ? ਕਰਮ ਦਾ ਜਿਹੜਾ ਅਰਥ ਹੈ ਉਹ ਫਾਰਸੀ ਵਿੱਚ ਅਰਥ ਹੈ ਮੇਰ, ਬਖਸ਼ਿਸ਼, ਨਦਰ। ਤਾਂ ਸਰਮ ਖੰਡ ਵਿੱਚ ਜਿੱਥੇ ਜੀਵ ਦੀ ਮਿਹਨਤ
ਉਸ ਦੇ ਅੰਦਰ ਆਤਮਿਕ ਸੁੰਦਰਤਾ ਪੈਦਾ ਕਰਦੀ ਹੈ। ਉੱਥੇ ਇਸ ਖੰਡ ਵਿੱਚ ਪਰਮਾਤਮਾ ਦੀ ਮਿਹਰ ਆਪਣਾ ਰੰਗ ਦਿਖਾਉਂਦੀ ਹੈ। ਤਾਂ ਸੱਚਖੰਡ, ਕਰਮਕ ਖੰਡ ਵਿੱਚ ਪ੍ਰਭੂ ਦੀ ਮਿਹਰ ਸਦਕਾ ਪ੍ਰਭੂ ਭਗਤੀ ਵਿੱਚ ਲੀਨ ਹੋਇਆ ਸਾਧਕ ਹੋਇਆ ਪ੍ਰਭੂ ਦੀ ਅਪਾਰ ਬਖਸ਼ਿਸ਼ ਦਾ ਪਾਤਰ ਬਣਦਾ ਹੈ, ਤਾਂ ਇਸ ਅਵਸਥਾ ਵਿੱਚ ਪੂਰੀ ਤਰ੍ਹਾਂ ਪਰਮਾਤਮਾ ਨਾਲ ਇੱਕ ਸੁਰ ਹੋ ਜਾਂਦਾ ਹੈ। ਭਾਵ ਮੈਂ ਅਤੇ ਤੂੰ ਦਾ ਅੰਤਰ ਖਤਮ ਹੋ ਜਾਂਦਾ ਹੈ, ਜੀਵ ਦੀ ਆਤਮਾ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੀ ਹੈ। ਤਾਂ ਜੇ ਆਪਾਂ ਗੱਲ ਕਰੀਏ ਗੁਰੂ ਨਾਨਕ ਦੇਵ ਜੀ ਦੁਆਰਾ ਵਰਤੇ 19 ਰਾਗਾਂ ਦਾ ਵੇਰਵਾ ਕੀ ਹੈ, ਸਭ ਤੋਂ ਪਹਿਲਾਂ ਸ਼੍ਰੀ ਰਾਗ, ਮਾਝ, ਗੌੜੀ, ਆਸਾ, ਗੁਜ਼ਰੀ, ਵੜਹੰਸ, ਸੋਟ, ਧਨਾਸਰੀ, ਤਲੰਗ, ਸੂਹੀ, ਬਲਾਵਲ, ਰਾਮਕਲੀ, ਮਾਰੂ, ਤੁਖਾਰੀ, ਭੈਰੋਂ, ਬਸੰਤ, ਸਰੰਗ, ਮਲਾਰ ਅਤੇ ਪ੍ਰਭਾਤੀ। ਇਹ 19 ਰਾਗਾਂ ਦੀ ਵਰਤੋਂ ਜਿਹੜੀ ਗੁਰੂ ਜੀ ਨੇ ਕੀਤੀ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਕੁਝ ਪ੍ਰਮੁੱਖ ਸਤਰਾਂ ਹਨ, ਇਹ ਪੇਪਰ ਦੇ ਵਿੱਚ ਤੁਹਾਡੇ ਤੋਂ ਪੁੱਛੀਆਂ ਜਾ ਸਕਦੀਆਂ, ਕਿਹੜੀਆਂ ਕਿਹੜੀਆਂ ਕਈ ਵਾਰੀ ਸਤਰਾਂ ਲਿਖ ਦਿੰਦੇ ਆ ਤੁਹਾਡੇ ਤੋਂ ਪੁੱਛ ਲੈਂਦੇ ਆ ਕਿ ਇਹ ਕਿਹੜੇ ਗੁਰੂ ਸਾਹਿਬਾਨ ਜੀ ਦੀਆਂ ਸਤਰਾਂ ਹਨ ਜਾਂ ਕਿਹੜੇ ਗੁਰੂ ਸਾਹਿਬਾਨ ਜੀ ਦੀ ਬਾਣੀ ਦੇ ਵਿੱਚੋਂ ਤੁਕਾਂ ਲਈਆਂ ਗਈਆਂ ਹਨ। ਜਿਵੇਂ ਸਖੀਓ ਸਹੇਲੜੀਓ ਮੇਰਾ ਪਿਰ ਬਣਜਾਰਾ ਰਾਮ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਪੜਿਆ ਮੂਰਖ ਆਖੀਐ ਜਿਸ ਲੋਭ ਹੰਕਾਰ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਜਾਂ ਮੋਰੀ ਰੁਣਚੁਣ ਲਾਇਆ ਭੈਣੇ ਸਾਹਮਣ ਆਇਆ। ਸੋ ਇਹ ਅਸੀਂ ਗੁਰੂ ਨਾਨਕ ਦੇਵ ਜੀ ਦੇ ਬਾਰੇ 'ਚ ਆਪਾਂ ਅੱਜ ਵਿਚਾਰ ਆ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਆ। ਗੁਰੂ ਨਾਨਕ ਦੇਵ ਜੀ ਦੀ ਆਦਿ ਗ੍ਰੰਥ ਵਿੱਚ ਦਰਜ ਜਿਹੜੀ ਬਾਣੀ ਹੈ ਉਸ ਦੇ ਬਾਰੇ 'ਚ ਤੁਹਾਨੂੰ ਵਿਸਤਾਰਪੂਰਕ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿੰਨੀਆਂ ਉਸਦੀਆਂ ਪੌੜੀਆਂ ਹਨ, ਕਿੰਨੇ ਸਲੋਕ ਹਨ। ਇਸ ਤੋਂ ਇਲਾਵਾ ਆਪਾਂ ਜਪਜੀ ਸਾਹਿਬ ਵਿਚਲੇ 5 ਖੰਡਾਂ ਦਾ ਤੁਹਾਡੇ ਨਾਲ ਵਿਚਾਰ ਵਟਾਂਦਰਾ ਉਸ ਦੇ ਬਾਰੇ 'ਚ ਕੀਤਾ ਹੈ ਕਿ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ, ਇਸ ਦੇ ਬਾਰੇ 'ਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਆਪਾਂ ਗੁਰੂ ਨਾਨਕ ਦੇਵ ਜੀ ਦੁਆਰਾ ਵਰਤੇ ਗਏ 19 ਰਾਗਾਂ ਦੇ ਨਾਮ ਦੱਸੇ ਹਨ, ਔਰ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੀਆਂ ਕੁਝ ਬਾਣੀ ਵਿੱਚੋਂ ਲਈ ਗਈਆਂ ਮਹੱਤਵਪੂਰਨ ਜੋ ਤੁਕਾਂ ਹਨ ਜਾਂ ਪ੍ਰਮੁੱਖ ਸਤਰਾਂ ਹਨ, ਤਾਂ ਉਹਨਾਂ ਦੇ ਬਾਰੇ 'ਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਇਸ ਨੂੰ ਲਾਈਕ ਕਰੋ ਔਰ ਕਮੈਂਟ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ, ਗੁਰਪੈਪ ਲਈ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜੋ ਵੀ ਬੱਚੇ ETT ਦਾ ਪੇਪਰ ਦੇ ਰਹੇ ਹਨ ਉਹਨਾਂ ਦੇ ਤੱਕ ਇਹ ਵੀਡੀਓ ਆਪਣੀ ਜਿਹੜੀ ਹੈ ਪਹੁੰਚ ਸਕੇ। ਤੁਹਾਡੇ ਸਾਰੇ ਸਿਲੇਬਸ ਨੂੰ ਕਵਰ ਕਰਦੀ ਹੋਈ ਇਹ ਵੀਡੀਓ ਜਿਹੜੀ ਤੁਹਾਡੇ ਗੁਰਮਤਿ ਕਾਵਿ ਦੇ ਵਿੱਚੋਂ ਲੈ ਗਈ ਹੈ, ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਕੱਲ੍ਹ ਮਿਲਦੇ ਹਾਂ ਕਿਸੇ ਨਵੇਂ ਟੌਪਿਕ ਦੇ ਨਾਲ।